ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬੜੀ ਜ਼ਿਆਦਾ ਜ਼ਰੂਰੀ ਜੋ ਜਾਣਕਾਰੀ ਹੈ ਸਾਂਝੀ ਕਰਨ ਲੱਗਿਆ ਹਾਂ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਮੈਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਲੀਗਲ ਐਡਵਾਈਜ਼ਰ ਹੋਣ ਦੇ ਨਾਤੇ ਇੱਕ ਜੋ ਭਾਈ ਅਮਰਿਤਪਾਲ ਸਿੰਘ ਦੇ ਰਿਗਾਰਡਿੰਗ ਇੱਕ ਜੋ ਹੈਬੀਅਸ ਕੋਰਪਸ ਦੀ ਜੋ ਰਿਟ ਪਟੀਸ਼ਨ ਹੈ ਉਹ ਮਾਨਯੋਗ ਪੰਜਾਬ ਐਂਡ ਨਾ ਹਾਈ ਕੋਰਟ ਵਿੱਚ ਮੈਂ ਦਰਜ ਕੀ ਕਰਾਈ ਸੀ ਤੇ ਉਸ ਦੀ ਜੋ ਉਸ ਦਿਨ ਸੁਣਵਾਈ ਹੋਈ ਸੀ ਤੇ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੂੰ ਰਿਪਲਾਈ ਦੇਣ ਦੇ ਲਈ ਜੋ ਮਾਨਯੋਗ ਹਾਈ ਕੋਰਟ ਵੱਲੋਂ ਆਰਡਰ ਹੋ ਗਿਆ ਸੀ ਤੇ ਅੱਜ ਜੋ ਪੰਜਾਬ ਸਰਕਾਰ ਦਾ ਰਿਪਲਾਈ ਵੀ ਆ ਚੁੱਕਿਆ ਤੇ ਉਸ ਰਿਪਲਾਈ ਦੇ ਉੱਪਰ ਮੈਂ ਵਿਚਾਰ ਚਰਚਾ ਕਰਨੀ ਚਾਹਾਂਗਾ ਜੋ ਅੱਜ ਇਸ ਦੀ ਸੁਣਵਾਈ ਦਾ ਸਮਾਂ ਸੀ ਉਹ ਤਕਰੀਬਨ 12 ਵਜੇ ਦੁਪਹਿਰੇ ਇਸ ਰਿਟ ਪਟੀਸ਼ਨ ਦੀ ਸੁਣਵਾਈ ਹੋਈ ਸੀ ਤੇ ਜੋ ਰਿਪਲਾਈ ਦੇ ਵਿੱਚ ਜੋ ਸਰਕਾਰ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਸਾਹਿਬ ਨੇ ਉਹ ਪੇਸ਼ ਹੋਈ ਸੀ ਤੇ ਉਹਨਾਂ ਨੇ ਜੋ ਰਿਪਲਾਈ ਸਬਮਿਟ ਕੀਤਾ ਉਸ ਰਿਪਲਾਈ ਦੇ ਅਕੋਰਡਿੰਗ ਜੋ ਭਾਈ ਅਮਰਿਤਪਾਲ ਸਿੰਘ ਨੇ ਤੇ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਖਿਲਾਫ ਤਕਰੀਬਨ ਜੋ 6 ਐਫ ਆਈ ਆਰਸ ਦਰਜ ਹੋ ਚੁੱਕੀਆਂ ਨੇ ਉਹ ਸਾਰੀਆਂ ਐਫ ਆਈ ਆਰਸ ਆਈ ਪੀ ਸੀ ਦੇ ਅਧੀਨ ਨੇ ਅਤੇ ਕਿਸੇ ਵੀ ਐਫ ਆਈ ਆਰ ਵਿੱਚ ਕੋਈ ਯੂ ਐ ਪੀ ਐ ਵਰਗਾ ਕਾਨੂੰਨ ਨਹੀਂ ਜੋ ਲਾਇਆ ਗਿਆ ਹੈ ਤੇ ਜਿੰਨਾ ਕਿ ਮੈਨੂੰ ਜਾਣਕਾਰੀ ਹੈ ਜਿੰਨਾ ਮੈਂ ਐਨ ਆਈ ਐ ਐਕਟ ਪੜ੍ਹਿਆ ਹੈ ਤੇ ਮੇਰੀ ਜਾਣਕਾਰੀ ਦੇ ਅਨੁਸਾਰ ਜੋ NIA ਐਕਟ ਹੈ ਉਸ ਦੇ ਵਿੱਚ ਜੋ NIA ਏਜੰਸੀ ਹੈ ਉਦੋਂ ਹੀ ਉਹ ਕੰਮ ਵਿੱਚ ਆਉਂਦੀ ਹੈ ਉਦੋਂ ਹੀ ਕੋਈ ਕੋਈ ਤਫ਼ਤੀਸ਼ ਉਹ ਆਵਦੇ ਅਧੀਨ ਲੈਂਦੀ ਹੈ ਜਦੋਂ ਕਿ ਕੋਈ UAPA ਦਾ ਕੋਈ ਅਫੈਂਸ ਵੀ FIR ਦੇ ਵਿੱਚ ਸ਼ਾਮਿਲ ਹੁੰਦਾ ਹੈ ਤੇ ਭਾਈ ਅਮਰਿਤਪਾਲ ਸਿੰਘ ਦੇ ਕੇਸ ਦੇ ਵਿੱਚ ਅਜੇ ਹਾਂ ਕੋਈ ਵੀ ਅਫੈਂਸ ਹੈ ਜੋ ਕਿਸੇ FIR ਵਿੱਚ ਦਰਜ ਨਹੀਂ ਕੀਤਾ ਗਿਆ ਤਾਂ ਮੇਰੀ ਸਮਝ ਦੇ ਮੁਤਾਬਿਕ ਜੋ NI NIA ਦਾ ਇਸ ਦੇ ਵਿੱਚ ਕਿਤੇ ਵੀ ਕੋਈ ਰੋਲ ਨਹੀਂ ਹੈ ਤੇ ਜੋ سوشل میڈیاਸ ਦੇ سوشل میڈیا ਉੱਪਰ ਜਾਂ ਜੋ ਨੈਸ਼ਨਲ ਮੀਡੀਆ ਉੱਪਰ ਜੋ ਚਰਚਾ ਹੋ ਰਹੀ ਹੈ ਮੇਰੇ ਹਿਸਾਬ ਨਾਲ ਉਹ ਸਿਰਫ ਅਸਰ ਇੱਕ ਪ੍ਰੋਪਗੈਂਡ ਹੈ ਜੋ ਕਿ ਇੱਕ ਡਰ ਦਾ ਮਾਹੌਲ ਪੈਦਾ ਕਰਨ ਦਾ ਇੱਕ ਪ੍ਰੋਪਗੈਂਡ ਹੈ ਤੇ ਦੂਸਰੀ ਗੱਲ ਇਹ ਹੈ ਵੀ ਜੋ ਉਸ ਰਿਪਲਾਈ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਗਿਆ ਸੀ ਵੀ ਜੋ ਅੰਮ੍ਰਿਤਸਰ ਦਾ ਜੋ SSP ਹੈ ਉਸਨੇ 17 ਮਾਰਚ ਨੂੰ ਹੀ ਭਾਈ ਅਮਰਿਤਪਾਲ ਸਿੰਘ ਦੇ ਅਗੇਂਸਟ NSA ਐਕਟ ਨੈਸ਼ਨਲ ਸਿਕਿਉਰਿਟੀ ਐਕਟ ਜੋ ਲਾਗੂ ਕਰਨ ਦਾ ਕਰਨ ਦੀ ਜੋ ਰეკਮੈਂਡੇਸ਼ਨ ਸੀ ਉਹ ਜੋ ਡਿਸਟ੍ਰਿਕਟ ਮੈਜਿਸਟ੍ਰੇਟ ਅੰਮ੍ਰਿਤਸਰ ਉਸ ਨੂੰ ਦੇ ਦਿੱਤੀ ਸੀ ਤੇ ਉਸ ਤੋਂ ਬਾਅਦ 18 ਮਾਰਚ ਨੂੰ ਐਨਐਸਸੀ ਐ ਜੋ ਭਾਈ ਅਮਰਤਪਾਲ ਸਿੰਘ ਦੇ ਅਗੇਂਸਟ ਉਹ ਡੀਐਮ ਅੰਮ੍ਰਿਤਸਰ ਨੇ ਜੋ ਲਾਗੂ ਕਰ ਦਿੱਤਾ ਸੀ ਤੇ ਉੱਥੇ ਮਾਨਯੋਗ ਅਦਾਲਤ ਦੇ ਵਿੱਚ ਜੋ ਐਡਵੋਕੇਟ ਜਨਰਲ ਸਾਹਿਬ ਨੇ ਉਹਨਾਂ ਨੇ ਗੱਲ ਆਖੀ ਵੀ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਕਾਬੂ ਕਰਨ ਦੇ ਲਈ ਕੋਈ ਵੀ ਇਸੇ ਤਰੀਕੇ ਦਾ ਕੋਈ ਹਥਿਆਰ ਨਹੀਂ ਵਰਤਿਆ ਗਿਆ ਕੋਈ ਫਾਇਰਿੰਗ ਨਹੀਂ ਕੀਤੀ ਤੇ ਭਾਈ ਅਮਰਤਪਾਲ ਸਿੰਘ ਤੋਂ ਇਲਾਵਾ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਸਾਰੇ ਹੀ ਜਦਾ ਗ੍ਰਿਫਟ ਗ੍ਰਿਫਟ ਵਿੱਚ ਆ ਚੁੱਕੇ ਤੇ ਇਸ ਦੇ ਉੱਪਰ ਜੋ ਮਾਨਯੋਗ ਅਦਾਲਤ ਨੇ ਜੋ ਟਿੱਪਣੀ ਕੀਤੀ ਵੀ ਜੋ ਵੀ ਸਟੋਰੀ ਸਰਕਾਰ ਨੇ ਜੋ ਕੋਰਟ ਦੇ ਅੱਗੇ ਰੱਖੀ ਹੈ ਉਸ ਦੇ ਉੱਪਰ ਜੋ ਮਾਨਯੋਗ ਅਦਾਲਤ ਨੂੰ ਸ਼ੰਕਾ ਹੈ ਡਾਊਟ ਹੈ ਸਸਪੀਸ਼ਨ ਹੈ ਤੇ ਉਹ ਜੋ ਸਟੋਰੀ ਹੈ ਜੋ ਪੰਜਾਬ ਸਰਕਾਰ ਦੀ ਉਹ ਜੋ ਯਕੀਨ ਯਕੀਨ ਕਰਨ ਜੋਗ ਜੋ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਜੋ ਮਾਨਯੋਗ ਅਦਾਲਤ ਨੇ ਇਹ ਵੀ ਆਖਿਆ ਵੀ ਜਦੋਂ ਤੁਸੀਂ ਜੋ ਪਹਿਲਾਂ ਹੀ ਜੋ ਕਾਨੂੰਨ ਦੀਆਂ ਪ੍ਰਕਿਰਿਆ ਸ਼ੁਰੂ ਕਰ ਦਿੱਤੀਆਂ ਸੀ ਤੁਹਾਡੇ ਕੋਲੇ ਇੰਨੀਆਂ ਜ਼ਿਆਦਾ ਇੰਟੈਲੀਜੈਂਸ ਰਿਪੋਰਟ ਸੀ ਕਿੰਨੇ ਜ਼ਿਆਦਾ ਸੌਵਾਂ ਦੇ ਵਿੱਚ ਪੁਲਿਸ ਮੁਲਾਜ਼ਮ ਜੋ ਇਸ ਕੇਸ ਦੀ ਤਫ਼ਤੀਸ਼ ਕਰਨ ਵਿੱਚ ਲੱਗੇ ਹੋਏ ਸੀ ਤੇ ਪੰਜਾਬ ਪੁਲਿਸ ਕੋਲ ਮੌਜੂਦਾ ਵੀ 80000 ਜੋ ਤਕਰੀਬਨ ਪੁਲਿਸ ਮੁਲਾਜ਼ਮ ਨੇ ਫਿਰ ਵੀ ਜੋ ਉੱਥੋਂ ਭਾਈ ਅਮਰਤਪਾਲ ਸਿੰਘ ਉੱਥੋਂ ਜੋ ਉੱਥੋਂ ਐਸਕੇਪ ਕਰ ਗਏ ਇਹ ਮਾਨਯੋਗ ਅਦਾਲਤ ਨੇ ਆਖਿਆ ਇੱਕ ਗੱਲ 'ਚ ਬਲੀਵ ਨਹੀਂ ਕੀਤਾ ਜਾ ਸਕਦਾ ਇਹ ਗੱਲ ਪੋਸੀਬਲ ਹੈਣੀਗੀ ਤੇ ਨਾਲੇ ਜਦੋਂ ਜੋ ਮੇਨ ਬੰਦਾ ਹੈ ਜੋ ਮੇਨ ਬੰਦਾ ਟਾਰਗੇਟ ਤੇ ਹੋਵੇ ਉਹ ਭੱਜ ਜਾਵੇ ਤੇ ਬਾਕੀ ਜੋ ਸਾਥੀ ਨੇ ਉਹ ਅਰੈਸਟ ਹੋ ਜਾਣ ਇਹ ਜੋ ਮਾਨਯੋਗ ਅਦਾਲਤ ਨੂੰ ਇਹ ਗੱਲ ਬਲੀਵ ਬਲੀਵੇਬਲ ਨਹੀਂ ਲੱਗੀ ਤੇ ਇਸ ਗੱਲ ਤੇ ਜੋ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਝਾੜ ਵੀ ਪਈ ਪਰ ਮੈਂ ਇਹ ਕਹਿਣਾ ਚਾਹਾਂਗਾ ਵੀ ਨੈਸ਼ਨਲ ਮੀਡੀਆ ਉੱਪਰ ਇਹ ਗੱਲ ਦਾ ਕੋਈ ਬਹੁਤਾ ਜ਼ਿਕਰ ਨਹੀਂ ਕੀਤਾ ਜਾ ਰਿਹਾ ਤੇ ਇਸ ਗੱਲ ਨੂੰ ਕਿਤੇ ਨਾ ਕਿਤੇ ਜੋ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਜਿਹੜੀਆਂ ਬਾਕੀ ਪੱਖ ਨੇ ਇਸ ਰਿਪਲਾਈ ਦੇ ਉਹ ਜ਼ਿਆਦਾਤਰ ਜੋ ਨਸ਼ਰ ਕੀਤੇ ਜਾ ਰਹੇ ਤੇ ਮੈਂ ਤੇ ਜੋ ਇਸ ਜੋ ਮਕਦਮੇ ਦੀ ਜੋ ਅਗਲੀ ਤਰੀਕ ਹੈ ਉਹ 28 ਮਾਰਚ ਹੈ ਉਸ ਤੱਕ ਜੋ ਮਾਨਯੋਗ ਅਦਾਲਤ ਨੇ ਆਰਡਰ ਕੀਤਾ ਹੈ ਵੀ ਜੋ ਸਰਕਾਰ ਨੇ ਕੁਝ ਨਾ ਕੁਝ ਜੋ ਠੋਸ ਸਬੂਤ ਨੇ ਉਹ ਪੇਸ਼ ਕਰਨੇ ਨੇ ਤੇ ਜੋ ਭਾਈ ਅਮਰਿਤਪਾਲ ਸਿੰਘ ਨੂੰ ਵੀ ਜੋ ਪੇਸ਼ ਕਰਨਾ ਹੈ ਅਦਾਲਤ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਕਹਿਣਾ ਚਾਹਾਂਗਾ ਵੀ ਕੁਝ ਕੁ ਜੋ ਸੋਸ਼ਲ ਮੀਡੀਆ ਚੈਨਲਸ ਨੇ ਉਹਨਾਂ ਉੱਪਰ ਇਹ ਜੋ ਚਰਚਾ ਚੱਲ ਰਹੀ ਹੈ ਵੀ ਜੋ ਇੱਕ ਕੋਈ ਪੁਲਿਸ ਵਾਲਾ ਹੈ ਉਹ ਭਾਈ ਅਮਰਿਤਪਾਲ ਸਿੰਘ ਨੂੰ ਕਿਸੇ ਤਾ ਦੇ ਉੱਪਰ ਕਿਸੇ ਪਲੇਸ ਦੇ ਉੱਪਰ ਜੋ ਉਹਨਾਂ ਭਾਈ ਅਮਰਪਾਲ ਸਿੰਘ ਦੇ ਉੱਪਰ ਅਨਮਨੁੱਖੀ ਤਸ਼ੱਦਦ ਕਰ ਰਿਹਾ ਹੈ ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਜੋ ਐਵੀਡੈਂਸਸ ਨੇ ਤੁਹਾਡੇ ਕੋਲ ਉਹ ਸਾਨੂੰ ਦੋ ਤਾਂ ਕਿ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਉਹ ਜੋ ਐਵੀਡੈਂਸਸ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕਰ ਸਕੀ ਤੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਵੀ ਕਰਨਾ ਚਾਹਾਂਗਾ ਵੀ ਜਦੋਂ ਤੋਂ ਮਾਨਯੋਗ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਤਾਂ ਕਾਫੀ ਜ਼ਿਆਦਾ ਜੋ ਵੀਡੀਓਜ਼ ਨੇ ਨੈਸ਼ਨਲ ਮੀਡੀਆ ਉੱਪਰ ਤੇ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀਆਂ ਜਾ ਰਹੀਆਂ ਨੇ ਤਾਂ ਮੈਨੂੰ ਲੱਗਦਾ ਉਹ ਸਿਰਫ ਔਰ ਸਿਰਫ ਇੱਕ ਪ੍ਰੋਪਾਗੈਂਡਾ ਹੀ ਚਲਾਇਆ ਜਾ ਰਿਹਾ ਹੋਰ ਕੁਝ ਨਹੀਂ ਕਿਉਂਕਿ ਜਿਵੇਂ ਆਪਾਂ ਜਾਣਦੇ ਹਾਂ ਵੀ ਹਰ ਇੱਕ ਐਕਸ਼ਨ ਦਾ ਕੋਈ ਰਿਐਕਸ਼ਨ ਜ਼ਰੂਰ ਹੁੰਦਾ ਤਾਂ ਮੇਰੇ ਹਿਸਾਬ ਨਾਲ ਜੋ ਪੰਜਾਬ ਸਰਕਾਰ ਨੂੰ ਅੱਜ ਮਾਨਯੋਗ ਹਾਈ ਕੋਰਟ ਵੱਲੋਂ ਜੋ ਝਾੜ ਪਾਈ ਗਈ ਹੈ ਤਾਂ ਉਸ ਦੇ ਰਿਐਕਸ਼ਨ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਤੇ ਇਹੀ ਸਾਰੀ ਜੋ ਜਾਣਕਾਰੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਤੇ ਇਹੋ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ